ਅਸੀਂ ਦੇਖਿਆ ਸੁਣਿਆ ਪੜ੍ਹਿਆ ਤੇ ਇਹਨੂੰ ਕਿਸੇ ਨੇ ਰੋਸ ਵਜੋਂ ਨਹੀਂ ਲੈਣਾ ਇਹ ਬੇਨਤੀ ਸਾਰੇ ਪ੍ਰਵਾਨ ਕਰਿਓ ਡਾਕਟਰ ਗੁਰਚਰਨਜੀਤ ਸਿੰਘ ਜੀ ਲਾਂਬਾ ਗੁਰੂ ਰੂਪ ਖਾਲਸਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸਿੰਘ ਸਾਹਿਬ ਜਸਬੀਰ ਸਿੰਘ ਜੀ ਅਤੇ ਵਿਦਵਾਨ ਸਾਹਿਬਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜ਼ਿਕਰ ਕੀਤਾ ਕਿ ਸਮਕਾਲੀ ਵਿਸ਼ਾ ਹੈ और समकाली विषय नूं टच करना उहदे ते गल करनी अपने आप विच इक चुनौती हुंदी है पर इस विषय दे उत्ते गल करन लग्यां ईमानदारी नाल इतना जाप रहा है कि मैनू अपनी जिंदगी दे पिछले 50 साल जिहड़े हन उह इक इतिहास दी तरह घूम गए हन इस विषय ते गल करन तो पहले साहिब श्री गुरु नानक देव जी महाराज का यह 550 साल प्रकाश दिवस आ रहा है सारा सिख जगत सारा जगत इस दिन नूं उड़ीक रहा है और इको गल कही बनती है सुनी अरदास स्वामी मेरे सर्व कला बनियाई प्रगट भई सगले जुग अंतर गुरु नानक की वडियाई ये साहब श्री गुरु नानक देव जी की वडियाई है जिहड़ी उस राय भोए की तलवंडी तो जिहड़ी गल शुरू होके सारे संसार दे विच फैली है और वख-वख विषयां दे उत्ते जो टकसाल वल्लों उपराला किया गया और उस उपराले नूं कामयाब किया गया उस नूं अगर भाई साहब भाई नंद लाल जी के लफ्जा विच कहा जाए ਤਾਂ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੈਂ ਸ਼ਬਦ ਰੰਗ ਹਾਏ ਮੁਖਤਲਿਫ ਦਾਰਤ ਬੁਤੇ ਐ ਯਾਰੇ ਮਾਂ ਮੇਰੇ ਮਾਲਕ ਨੇ ਕਿੰਨੇ ਸੋਹਣੇ ਰੰਗ ਭਰੇ ਹਨ ਇਹ ਵੱਖ ਵੱਖ ਰੰਗ ਹਨ ਵਿਸ਼ਾ ਜਿਹੜਾ ਮੈਨੂੰ ਦਿੱਤਾ ਗਿਆ ਹੈ ਉਹ ਹੈ ਸਿੱਖ ਨਿਰੰਕਾਰੀ ਵਿਵਾਦ ਤੇ ਦਮਦਮੀ ਟਕਸਾਲ ਸਭ ਤੋਂ ਪਹਿਲੀ ਗੱਲ सिख निरंकारी विवाद के बारे कहा जाए सिखा का निरंकारी दे नाल कोई विवाद नहीं है निरंकारी ता दुबदा छोड़ पे निरंकारी हर सिख ही निरंकारी है पर जदों कोई गलत बंदा गलत लकब इस्तेमाल कर लवे ता फिर वह लफज नूं भी खराब कर दिंदा है डेरा बड़ा अच्छा लफज है डेरा बाबा नानक पर जदों डेरे वाले साध ने इस नूं वरत लिया उस लफज तो ही हकारत होने लग पई इसे तरीके दे नाल होर भी लफज हैं निरंकारी लफज बड़ा पवित्र सी सो इसकी आरंभता की इतनी वड्डी संस्था है यह नकली निरंकारी की इतनी ताकतवर संस्था है कि पूरे सिखां दे नाल इसका मुकाबला होए और दमदमी टकसाल वर्गी संस्था नूं एक इस नकली निरंकारी जथेबंदी दे नाल जूझना पवे एक बहुत विचार वाली गल है और इसके उत्ते जिहड़ी 50 साल पहले यह गल शुरू हुई है उसके बारे मैं आप नाल निजी जिहड़े एक्सपीरियंस हैं जो अपने नाल वापरिया है उसके नाल वो आप नाल सांझे करन दी इजाजत लवांगा सब तो पहली गल आम तौर दे उत्ते यह समझिया जाता है कि यह विवाद 1978 विच शुरू होया तुहाडे लई बड़ी जानकारी होएगी संत बाबा करतार सिंह जी खालसा पिंडरां वाले उन्हां दा पटना साहब दे नाल बहुत स्नेह सी हमेशा ही वह पटना साहब जांदे सन और उस स्थान दे उत्ते एक दफा एक तखत साहब के उत्ते को कवि आया उस कवि ने आके निरंकारियां नकली निरंकारियां के विरोध में कोई कविता पढ़ी
ਜਦੋਂ ਉਸਨੇ ਕਵਿਤਾ ਪੜ੍ਹੀ ਤਾਂ ਉੱਥੋਂ ਦੇ ਪ੍ਰਧਾਨ ਸਾਹਿਬ ਸਨ ਉਹਨਾਂ ਨੇ ਸਟੇਜ ਦੇ ਉੱਤੋਂ ਕਿਹਾ ਕਿ ਤੂੰ ਤਖ਼ਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਤਖ਼ਤ ਸਾਹਿਬ ਦੀ ਸਟੇਜ ਕਿਸੇ ਵਿਅਕਤੀ ਦੇ ਵਿਰੋਧ ਵਿੱਚ ਨਹੀਂ ਵਰਤੀ ਜਾ ਸਕਦੀ, ਤੈਨੂੰ ਇਸ ਦੇ ਲਈ ਮਾਫ਼ੀ ਮੰਗਣੀ ਪਏਗੀ। ਉਹ ਕਵੀ ਜਿਹੜਾ ਪੰਜਾਬ ਤੋਂ ਗਿਆ ਸੀ ਉਸਨੇ ਕਿਹਾ ਕਿ ਜੇ ਤਖ਼ਤ ਸਾਹਿਬ ਦੀ ਮਰਿਆਦਾ ਇਸ ਤਰ੍ਹਾਂ ਦੀ ਹੈ ਤਾਂ ਫਿਰ ਮੈਂ ਮਾਫ਼ੀ ਮੰਗਦਾ। ਉਸਦੇ ਕੋਲੋਂ ਪ੍ਰਧਾਨ ਸਾਹਿਬ ਨੇ ਮਾਫ਼ੀ ਮੰਗਵਾਈ ਕਿਉਂਕਿ ਉਹਨੇ ਨਕਲੀ ਨਿਰੰਕਾਰੀਆਂ ਦੇ ਖਿਲਾਫ ਆਪਣੀ ਨਜ਼ਮ ਸੁਣਾਈ। ਇਹ 1970 ਦੀ ਗੱਲ ਹੈ। ਜਦੋਂ ਇਹ ਗੱਲ ਹੋਈ ਉਸੇ ਰਾਤ ਨੂੰ ਹੀ ਸੰਗਤ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖੀ, ਟੈਲੀਗ੍ਰਾਮ ਭੇਜੀ, ਔਰ ਅਕਾਲ ਤਖ਼ਤ ਸਾਹਿਬ ਤੋਂ ਦੂਸਰੇ ਦਿਨ ਟੈਲੀਗ੍ਰਾਮ ਦਾ ਜਵਾਬ ਆ ਗਿਆ ਕਿ ਤਖ਼ਤ ਸਾਹਿਬ ਤੇ ਹੋਰ ਗੁਰਦੁਆਰਿਆਂ ਦੀ ਸਟੇਜ ਪੰਥ ਵਿਰੋਧੀ ਅਤੇ ਗੁਰੂ ਨਿੰਦਕਾਂ ਦੀ ਨਿਖੇਧੀ ਲਈ ਵਰਤੀ ਜਾ ਸਕਦੀ ਹੈ। ਔਰ ਦੂਸਰਾ ਉਹਨਾਂ ਨੇ ਜਵਾਬ ਦਿੱਤਾ ਟੈਲੀਗ੍ਰਾਮ ਰਾਹੀਂ ਕਿ ਕੋਈ ਵੀ ਪਤਤ ਤੇ ਤਨਖਾਹੀਆ ਕਿਸੇ ਵੀ ਤਖ਼ਤ ਸਾਹਿਬ ਦੀ ਸਟੇਜ ਤੇ ਨਹੀਂ ਬੋਲ ਸਕਦਾ। ਪ੍ਰਧਾਨ ਸਾਹਿਬ ਤਨਖਾਹੀਆ ਸਨ ਮਰਿਆਦਾ ਮੁਤਾਬਕ ਕਿਉਂਕਿ ਉਹਨਾਂ ਨੇ ਦਾੜੀ ਰੰਗੀ ਸੀ। ਉਹਨਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਸਟੇਜ ਤੇ ਨਹੀਂ ਚੜੋ, ਤੁਸੀਂ ਪ੍ਰਧਾਨਗੀ ਕਰੋ, ਦਫ਼ਤਰ 'ਚ ਬੈਠੋ, ਮਰ ਤੁਸੀਂ ਤਖ਼ਤ ਸਾਹਿਬ ਦੀ ਸਟੇਜ ਤੇ ਨਹੀਂ ਚੜ ਸਕਦੇ। ਇਸ ਤੋਂ ਕੁਝ ਚਿਰ ਬਾਅਦ ਸੰਤ ਕਰਤਾਰ ਸਿੰਘ ਜੀ ਖਾਲਸਾ ਉੱਥੇ ਪਹੁੰਚੇ। ਉਹਨਾਂ ਨੂੰ ਜਦੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਕਰਕੇ ਇੱਥੇ ਘਟਨਾ ਵਾਪਰੀ ਹੈ ਤਾਂ ਉੱਥੋਂ ਉਹਨਾਂ ਨੇ ਜਿਹੜਾ ਪ੍ਰਚਾਰ ਉਹਨਾਂ ਨਰਕਧਾਰੀਆਂ ਦੇ ਖਿਲਾਫ ਕੀਤਾ ਉਹ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਸੀ। ਉਹਨਾਂ ਨੇ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਿਸੇ 'ਚ ਹਿੰਮਤ ਹੈ ਤਾਂ ਹੁਣ ਮੈਨੂੰ ਰੋਕ ਕੇ ਦਿਖਾਏ, ਔਰ ਉੱਥੋਂ ਇਹ ਪ੍ਰਚਾਰ ਸ਼ੁਰੂ ਹੋਇਆ। ਔਰ ਉਸ ਵੇਲੇ ਬਲਵੰਤ ਸਿੰਘ ਨਿਰਵੈਰ ਜਿਹੜੇ ਪੰਥਕ ਕਵੀ ਸਨ ਉਹ ਉੱਥੇ ਆਏ ਔਰ ਉਹਨਾਂ ਨੇ ਕਵਿਤਾ ਪੜ੍ਹੀ, ਔਰ ਉਹ ਕਵਿਤਾ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਕੁਛ ਲਾਈਨਾਂ ਹਨ, ਉਹ ਕਹਿੰਦੇ ਜੰਗਲਾਂ ਦੇ ਵਿੱਚ ਐਵੇਂ ਦੁਨੀਆ ਪਈ ਭਟਕਦੀ ਹੈ, ਦੇਖੋ ਅਸਾਂ ਕਿਤਨਾ ਸ਼ਤਾਬੀ ਰੱਬ ਤੱਕਿਆ, ਸਾਰਾ ਖਾ ਕੇ ਬੱਕਰਾ ਨਾ ਮਾਰਦਾ ਟਕਾਰ ਇੱਕ, ਇਹੋ ਜਿਹਾ ਦਿੱਲੀ 'ਚ ਸ਼ਰਾਬੀ ਰੱਬ ਤੱਕਿਆ, ਖਾਂਦਾ ਹੈ ਆਮਲੇਟ ਲੇਟ ਕੇ ਗਲੀਚਿਆਂ ਤੇ, ਇਹੋ ਜਿਹਾ ਦਿੱਲੀ 'ਚ ਸ਼ਰਾਬੀ ਰੱਬ ਤੱਕਿਆ, ਸੁਣਿਆ ਪਿਸ਼ੌਰ ਵਿੱਚ ਡਬਲ ਰੋਟੀ ਵੇਚਦਾ ਸੀ, ਦਿੱਲੀ ਆ ਕੇ ਕਰਦਾ ਖਰਾਬੀ ਰੱਬ ਤੱਕਿਆ, ਆਪੇ ਹੀ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਗੱਦੀ ਉੱਤੇ ਫਿੱਟ ਕੀਤਾ ਆਪਣਾ ਹੀ ਬਾਲ ਹੈ, ਚੇਲੀਆਂ ਨੂੰ ਆਖਦਾ ਹੈ ਚੇਲਿਆਂ ਦੇ ਪੈਰ ਛੂਹੋ, ਏਦਾਂ ਕਰਨ ਨਾਲ ਰੱਬ ਹੋਂ ਦਾ ਦਿਆਲ ਹੈ, ਉਹ ਉਹਦੇ ਪੈਰਾਂ ਉੱਤੇ, ਉਹ ਉਹਦੇ ਪੈਰਾਂ ਉੱਤੇ, ਚੇਲੀ ਵੀ ਨਿਹਾਲ ਅਤੇ ਚੇਲਾ ਵੀ ਨਿਹਾਲ ਹੈ। ਇਹਨਾਂ ਹੀ ਬੈਰੂਪੀਆਂ ਨੇ ਚਿੱਟੇ ਚਿੱਟੇ ਕੱਪੜੇ ਪਾ, ਦਿਨਾਂ ਵਿੱਚ ਮਹਿੰਗੀ ਕਰ ਛੱਡੀ ਟੀਨੋਂ ਪਾਲ ਹੈ, ਇਹ ਖੜਕਦਾ ਹੈ ਇੰਜ ਜਿਵੇਂ ਟੀਨ ਜਿਹਾ ਰੱਬ ਹੈ, ਮਿੰਟਾਂ ਵਿੱਚ ਦਰਸ਼ਨ ਕਰਾਉਂਦਾ ਨਿਰੰਕਾਰ ਜੀ ਦਾ, ਉੱਨਤੀ ਦੇ ਸਮੇਂ ਦਾ ਇਹ ਮਸ਼ੀਨ ਜਿਹਾ ਰੱਬ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਗੁਰੂ ਡੰਮ ਸੀ, ਗੱਲ ਕੇਵਲ ਇਸ ਨਕਲੀ ਨਿਰੰਕਾਰੀ ਜਥੇਬੰਦੀ ਦੀ ਨਹੀਂ ਸੀ, ਗੱਲ ਅਸਲੀ ਮੁੱਦਾ ਹੈ ਇਹ ਗੁਰੂ ਡੰਮ ਦਾ। ਇਹ ਗੁਰੂ ਡੰਮ ਦੇ ਵਧਣ ਦਾ, ਇਹਦੇ ਫੈਲਣ ਦਾ ਕਾਰਨ ਕੀ ਹੈ? ਉਹਨਾਂ ਨੇ ਸਭ ਤੋਂ ਪਹਿਲੇ ਮੋਹਰਾ ਜਿਹੜਾ ਬਣਾਇਆ ਉਹ ਅੱਗੇ ਕੀਤਾ, ਇਹ ਨਕਲੀ ਨਿਰੰਕਾਰੀ ਜਥੇਬੰਦੀ ਦਿੱਲੀ ਦੀ ਸੀ। ਆਮ ਤੌਰ ਦੇ ਉੱਤੇ ਇਸਨੂੰ ਨਕਲੀ ਨਿਰੰਕਾਰੀ ਕਿਹਾ ਜਾਂਦਾ ਹੈ, ਪਰ ਚੋਕੇ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ, ਥੋੜ੍ਹੀ ਜਿਹੀ ਜਾਣਕਾਰੀ ਹੋਰ ਹਾਸਲ ਕਰਨੀ ਲਾਜ਼ਮੀ ਹੈ। ਸਿੰਘ ਸਾਹਿਬ ਜਸਵੰਤ ਸਿੰਘ ਜੀ ਕਹਿੰਦੇ ਹਨ ਕਿ ਬਾਕੀ ਜਿੰਨੇ ਸਿੰਘ ਸਾਹਿਬਾਂ ਨੂੰ SS ਲਿਖਦੇ ਹਨ ਸਿੰਘ ਸਾਹਿਬ, ਪਰ ਮੈਂ SSS ਤਿੰਨ ਵਾਰੀ ਸਿੰਘ ਸਾਹਿਬ ਹਾਂ, ਸਾਬਕਾ ਸਿੰਘ ਸਾਹਿਬ, ਉਹ ਕਹਿੰਦੇ ਮੈਂ SSS ਲਿਖਦਾ। ਸੋ ਕਹਿਣ ਦਾ ਭਾਵ ਹੈ ਕਿ ਅਸਲ ਵਿੱਚ ਜਿਹੜੀ ਨਿਰੰਕਾਰੀ ਜਥੇਬੰਦੀ ਸੀ ਇਹ 19ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਰਾਵਲਪਿੰਡੀ ਵਿੱਚ, ਔਰ ਉਹ ਜਿਹੜੀ ਸੰਸਥਾ ਸੀ ਉਹਨਾਂ ਨੇ ਸ਼ੁਰੂ ਦੇ ਵਿੱਚ ਚੰਗੇ ਕੰਮ ਕੀਤੇ, ਜਾਗਰਤੀ ਲਿਆਂਦੀ, ਕਈ ਕੁਛ ਕੀਤਾ, ਪਰ ਬਾਅਦ ਵਿੱਚ ਖੁੱਲ੍ਹੇਆਮ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਲਿਖਣਾ ਸ਼ੁਰੂ ਕਰ ਦਿੱਤਾ। ਉਹ ਜਿਹੜੀ ਸੰਸਥਾ ਨਿਰੰਕਾਰੀ ਸੰਸਥਾ ਸੀ, ਨਿਰੰਕਾਰੀ ਦਰਬਾਰ ਸੀ,
ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਮੌਜੂਦ ਹਨ ਉਹ ਸਾਰੀਆਂ ਦੀਆਂ ਸਾਰੀਆਂ ਮੌਜੂਦ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਸਰਕਾਰ ਨੂੰ ਆਪਣੇ ਆਪ ਨੂੰ ਗੁਰੂ ਆਫ ਸਤਿਗੁਰੂ ਆਫ ਗੁਰੂ ਨਿਰੰਕਾਰੀ ਕਲਟ ਕਰਕੇ ਲਿਖਿਆ ਹੈ। ਇਹ ਜਿਹੜਾ ਅਵਤਾਰ ਸਿੰਘ ਸੀ ਇਹ ਨਕਲੀ ਨਿਰੰਕਾਰੀ ਸੰਸਥਾ ਜਿਹਦੇ ਨਾਲ ਪੰਗਾ ਪਿਆ ਇਹ ਉਹਨਾਂ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਸ਼ਖਸ ਸੀ। ਇਸਨੇ ਦਿੱਲੀ ਆ ਕੇ ਆਪਣਾ ਗੁਰੂ ਡੰਮ ਸ਼ੁਰੂ ਕੀਤਾ ਔਰ ਇਸਦਾ ਇਹ ਕਹਿਣਾ ਸੀ ਕਿ ਮੈਂ ਤੁਹਾਨੂੰ ਮਿੰਟਾਂ ਦੇ ਵਿੱਚ ਹੀ ਵਾਹਿਗੁਰੂ ਦੇ ਦਰਸ਼ਨ ਕਰਾ ਸਕਦਾ ਹਾਂ। ਗਿਆਨੀ ਮਾਨ ਸਿੰਘ ਝੌਰ ਕਹਿੰਦੇ ਆ ਕਿ ਮੈਂ ਇਹਨਾਂ ਦੇ ਡੇਰੇ ਚਲਾ ਗਿਆ। ਉਹ ਮੈਨੂੰ ਕਹਿਣ ਲੱਗਾ ਤੂੰ ਨਿਰੰਕਾਰ ਦੇ ਦਰਸ਼ਨ ਕਰਨੇ ਹਨ। ਮਾਨ ਸਿੰਘ ਝੌਰ ਕਹਿੰਦੇ ਹਾਂ, ਮੈਂ ਕਿਹਾ ਕਰਾ ਦਿਓ। ਕਹਿੰਦੇ ਆ ਮੇਰੇ ਕੋਲ। ਇਹ ਗੁਰਬਚਨ ਸਿੰਘ ਕਹਿੰਦਾ ਕਹਿੰਦਾ ਉਹਨੇ ਲੈ ਕੇ ਹੱਥ ਇੱਦਾਂ ਕੀਤੇ। ਇਹਨਾਂ ਦੀ ਕਿਤਾਬ ਹੈ ਨਿਰੰਕਾਰੀ ਬਾਬਾ ਬਲਵੰਤ ਗਾਰਗੀ ਦੀ, ਉਹਦੇ ਵਿੱਚ ਤਸਵੀਰ ਹੈ। ਇਸ ਤਰ੍ਹਾਂ ਕਰਕੇ ਹੱਥ ਕੀਤੇ ਹਨ ਉਸਨੇ, ਇਸ ਤਰ੍ਹਾਂ ਕਰਕੇ ਹੱਥ ਕਰਕੇ ਕਹਿੰਦਾ ਕਿ ਇਹ ਦੇਖ ਰਿਹਾ। ਕਹਿੰਦਾ ਹਾਂ। ਇਹਨਾਂ ਦੇ ਵਿਚਕਾਰ ਕੀ ਹੈ? ਕਹਿੰਦਾ ਕੱਖ ਨਹੀਂ। ਕਹਿੰਦਾ ਕੀ ਮਤਲਬ? ਕਹਿੰਦਾ ਇਹੀ ਨਿਰੰਕਾਰ ਹੈ, ਇਹ ਜਿਹੜਾ ਤੈਨੂੰ ਨਜ਼ਰ ਨਹੀਂ ਆ ਰਿਹਾ ਇਹੀ ਨਿਰੰਕਾਰ ਹੈ। ਮਾਨ ਸਿੰਘ ਝੌਰ ਕਹਿਣ ਲੱਗੇ ਇਹ ਤਾਂ ਮੈਂ ਰੋਜ਼ ਵੇਖਦਾ। ਕਹਿੰਦਾ ਤੂੰ ਕਿੱਥੇ ਵੇਖਦਾ? ਕਹਿੰਦਾ ਜਦੋਂ ਮੈਂ ਮੱਝ ਚੋਣ ਲੱਗਦਾ ਉਹਦੇ ਥਣਾਂ ਤੇ ਜ਼ਮੀਨ ਦੇ ਵਿਚਕਾਰ ਇਹੀ ਨਿਰੰਕਾਰ ਆਉਂਦਾ। ਸੋ ਕਹਿਣ ਦਾ ਭਾਵ ਇਹ ਸੀ ਇਹਨਾਂ ਨੇ ਪੂਰਾ ਪਖੰਡ ਕੀਤਾ, ਪਰ ਕੇਵਲ ਪਖੰਡ ਦੇ ਨਾਲ ਹੀ ਉਹ ਉਤਨੀ ਗੱਲ ਨਹੀਂ ਹੋਈ। ਜਦੋਂ ਇਹਨਾਂ ਨੇ 1978 ਦੇ ਵਿੱਚ ਇਹਨਾਂ ਨੇ ਆਪਣਾ ਲਿਟਰੇਚਰ ਛਾਪਿਆ, ਅੰਮ੍ਰਿਤਸਰ ਦੀਆਂ ਦੀਵਾਰਾਂ ਦੇ ਉੱਤੇ ਇਸ਼ਤਿਹਾਰ ਲਗਾਏ, ਉਹਨਾਂ ਨੇ ਇੱਕ ਜਲੂਸ ਕੱਢਿਆ। ਜਲੂਸ ਦੇ ਵਿੱਚ ਉਹ ਗੁਰਬਚਨ ਸਿੰਘ ਤੇ ਉਹਦੀ ਵੋਟੀ ਇਹਨਾਂ ਨੂੰ ਰੱਥ ਤੇ ਬਿਠਾ ਕੇ ਉਹਨਾਂ ਦਾ ਜਲੂਸ ਕੱਢਿਆ ਤੇ ਨਾਲ ਇਹਨਾਂ ਦੇ ਸਾਥੀ ਕਹਿ ਰਹੇ ਸੀ ਧੰਨ ਧੰਨ ਨਿਰੰਕਾਰ, ਕਿਹੜਾ ਨਿਰੰਕਾਰ, ਤੂੰ ਹੀ ਨਿਰੰਕਾਰ। ਇਹ ਉਹਨਾਂ ਨੇ ਇਸ਼ਤਿਹਾਰ ਫੋਟੋਆਂ ਛਾਪੀਆਂ। ਇਤਨਾ ਹੀ ਨਹੀਂ, ਇਹਨਾਂ ਨੇ ਬਕਾਇਦਾ ਇੱਕ ਵੱਡਾ ਕੰਡਾ ਤਰਾਜੂ ਲਿਆ, ਉਸਦੇ ਉੱਤੇ ਦੋਨੋਂ ਮੀਆਂ ਬੀਬੀ ਨੂੰ ਬਿਠਾ ਕੇ ਉਹਦੇ ਉੱਤੇ ਉਹਨਾਂ ਦੀ ਚਾਂਦੀ ਦੇ ਸਿੱਕਿਆਂ ਨਾਲ ਤੋਲਿਆ ਤੇ ਨਾਲ ਉਹਦੇ ਉੱਤੇ ਲਿਖਿਆ ਸੀ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ। ਇਹ ਇਹਨਾਂ ਨੇ ਸ਼ਰੇਆਮ ਕੀਤਾ। ਇਤਨਾ ਹੀ ਨਹੀਂ, ਇਹਨਾਂ ਨੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਤੇ ਅਵਤਾਰ ਸਿੰਘ ਦੀ ਫੋਟੋ ਲਾਈ। ਇਹ ਸਾਰਾ ਕੁਛ ਜਦੋਂ ਹੋਇਆ, ਜਿਵੇਂ ਸਿੰਘ ਸਾਹਿਬ ਕਹਿ ਰਹੇ ਸੀ ਕਿ ਜਿੰਨੀ ਦੇਰ ਤੱਕ ਲਕੀਰ ਨਾ ਖਿੱਚੀ ਜਾਏ ਉਨੀ ਦੇਰ ਤੱਕ ਕੁਛ ਨਹੀਂ ਹੁੰਦਾ। ਕਈ ਕਹਿ ਸਕਦੇ ਹਨ ਕਿ ਉਹ ਸੰਸਥਾ ਤਾਂ ਚੜ੍ਹ ਰਹੀ ਹੈ, ਉਹਨਾਂ ਦੀ ਬੜੀ ਫਾਲੋਇੰਗ ਹੈ, ਫਿਰ ਫਾਇਦਾ ਕੀ ਹੋਇਆ? ਫਾਇਦਾ ਇਹ ਹੋ ਗਿਆ ਅੱਜ ਉਹ ਕਿਸੇ ਸਿੱਖ ਸੰਸਥਾ ਦੇ ਵਿੱਚ, ਕਿਸੇ ਸਭਾ, ਕਿਸੇ ਸੰਗਤ ਵਿੱਚ, ਕੋਈ ਰਿਸ਼ਤੇ ਵਿੱਚ ਉਹ ਨਹੀਂ ਆ ਸਕਦੇ। ਇੱਕ ਲਕੀਰ ਖਿੱਚੀ ਗਈ ਹੈ, ਇੱਕ ਦੁਸ਼ਮਣ ਡਿਕਲੇਅਰ ਹੋ ਚੁੱਕਾ ਹੈ, ਹੁਣ ਉਹ ਖਤਰਾ ਟਲ ਗਿਆ ਹੈ। ਖਤਰਾ ਉਨੀ ਦੇਰ ਹੁੰਦਾ ਹੈ ਜਿੰਨੀ ਦੇਰ ਖਤਰੇ ਦੀ ਸਮਝ ਨਾ ਆਏ। ਹੁਣ ਉਹ ਖਤਰਾ ਸਾਹਮਣੇ ਆ ਗਿਆ, ਡਿਕਲੇਅਰ ਕਰ ਦਿੱਤਾ ਗਿਆ, ਐਲਾਨੀਆਂ ਕਰ ਦਿੱਤਾ ਗਿਆ। ਜਦੋਂ ਸਿੰਘ ਸ਼ਹੀਦ ਹੋਏ ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸੋਗ ਮਤਾ ਸੋਗ ਮੀਟਿੰਗ ਰੱਖੀ, ਕੰਡੋਲੈਂਸ ਮੀਟਿੰਗ ਰੱਖੀ। ਉਸ ਮੀਟਿੰਗ ਦੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਆਪਣੇ ਭਾਸ਼ਣ ਦਿੱਤੇ, ਆਪਣੀ ਆਪਣੀ ਗੱਲ ਕੀਤੀ। ਇੱਕ ਸੱਜਣ ਦੀ ਕਹੀ ਹੋਈ ਗੱਲ ਅੱਜ ਵੀ ਮੇਰੇ ਕੰਨਾਂ 'ਚ ਘੁੰਮਦੀ ਹੈ। ਤਾਰਾ ਸਿੰਘ ਕਾਮਲ ਉੱਥੇ ਸਨ, ਉਹਨਾਂ ਨੇ ਦੋ ਲਫ਼ਜ਼ੀ ਗੱਲ ਕੀਤੀ, ਦੋ ਲਫ਼ਜ਼ਾਂ 'ਚ ਕਿਹਾ। ਉਹ ਕਹਿਣ ਲੱਗੇ ਕਿ ਜੰਗਲ ਦੇ ਵਿੱਚ ਜੇਕਰ ਕੋਈ ਗਿੱਦੜ ਇਕੱਠੇ ਹੋ ਕੇ ਸ਼ੇਰ ਦੇ ਬੱਚਿਆਂ ਨੂੰ ਮਾਰ ਦੇਣ ਤਾਂ ਉਹ ਫਿਰ ਸਾਰੇ ਸ਼ੇਰ ਮਿਲ ਕੇ ਕੀ ਕਰਦੇ ਹਨ? ਉਹ ਫਿਰ ਕੰਡੋਲੈਂਸ ਮੀਟਿੰਗ ਕਰਦੇ ਹਨ, ਉਹ ਸੋਗ ਮਤਾ ਪਾਸ ਕਰਦੇ ਹਨ, ਉਹ ਕੀ ਕਰਦੇ ਹਨ? ਉਹਨਾਂ ਨੇ ਕਿਹਾ, ਕਹਿਣ ਲੱਗੇ ਇੱਕ ਲਫ਼ਜ਼ ਉਹਨਾਂ ਨੇ ਲਿਖਿਆ, ਕਿਹਾ ਕਿ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਤੇ ਹੰਝੂ ਕੇਰ ਕੇ ਇਸ ਨੂੰ ਪਤਲਾ ਨਾ ਕਰੋ, ਇਸ ਵਿੱਚ ਆਪਣਾ ਖੂਨ ਰਲਾ ਕੇ ਇਸ ਨੂੰ ਹੋਰ ਗਾੜਾ ਕਰੋ। ਉਹਨਾਂ ਨੇ ਕਿਹਾ ਕਿ ਤੁਹਾਡਾ ਹੱਲ ਇਹਨਾਂ ਸੋਗ ਮਤਿਆਂ ਵਿੱਚ ਨਹੀਂ ਹੈ, ਤੁਹਾਡਾ ਹੱਲ ਉਸ ਵਿੱਚ ਹੈ ਜਿਹੜੀ ਤੁਸੀਂ ਗਾਤਰੇ ਤੋਂ ਲਾਹ ਕੇ ਤੇ ਕਿੱਲੀ ਦੇ ਨਾਲ ਟੰਗ ਛੱਡੀ। ਇਹ ਜਿਹੜਾ ਉਹਨਾਂ ਨੇ ਉੱਥੇ ਉਸ ਤੋਂ ਬਾਅਦ ਕੀਤਾ, ਫਿਰ ਮੰਗ ਉੱਠੀ ਕਿ ਜੀ
इन्हां दे खिलाफ हुक्मनामा जारी किया जाए। कितना जज्बा सी कौम दे विच, पुराने उन्हां नूं याद होएगा, हुक्मनामा जारी होना सी 10 जून 1978 दी दिन तय हो गया। हुक्मनामा छप के लिख के छपा के सील कर दिता गया, हर गुरुद्वारे दुनिया के हर गुरुद्वारे भेज दिता गया। इको समय के उत्ते 10 जून नूं सवेरे 10 बजे हर थां दे उत्ते संगतां उड़ीक रही सन कि वह हुक्मनामा की आता है। वह हुक्मनामा जिहड़ा सी वह 10 जून 1978 नूं जिहड़ा जारी होया जथेदार साधु सिंह जी भौरा वेले। और उस तो बाद पंजाब हाई कोर्ट ने जथेदार रजनोआ अकाल तख्त साहब नूं नोटिस जारी किया कि भारत के संविधान की उलंघना है, तुसी किसी नाल वितकरा नहीं कर सकते। जथेदार साहब नूं नोटिस जारी होया हाई कोर्ट वालों, जथेदार साहब ने वह नोटिस फाड़ के सुट दिता कि तुहाडी अदालत मेरे ते लागू नहीं है। एक कौम की चढ़ती कला सी, उस चढ़ती कला नूं कायम रखना एक कौम का फर्ज है। हर जानवर की गर्दन झुकी होंदी है, हर नानक है मेरा सारा है तां लिखा है। नवाब साहब कहन लगे जाग भला लगता है, गुरु नानक पातशाह चुप करके खड़े हैं। वजीर ने कहा नानक ए सुल्तान है, हजूर ने सिर्फ इतना कहा हल्ला। अच्छा, वजीर ने कहा नानक तू चुकया नहीं, सलाम कर। हजूर ने कहा आत्मा आत्मा सलाम भी करत, आत्मा बूझ सलाम भी करत। जिस बंदे दे विच तमा होएगी, जिदे विच लालच होएगा, जिदे कोल डर होएगा, उदी गर्दन चुकेगी। आत्मा बूझ सलाम भी करत, गर्दन पे तमा बुलंद बुबद। जिस आदमी च तमा नहीं होएगी उसकी गर्दन बुलंद रहेगी, वो नहीं चुक सकती। सो ये एक जिहड़ा सीगा उदी बैकग्राउंड सी। हुण जदों हुक्मनामा जारी हो गया, जयप्रकाश नारायण ईमानदार आगू सी, उन्हां दी सत्कार भी बहुत सी, सिख भी उन्हां दा बहुत सत्कार करते सन। उन्होंने सिख पंथ नूं अपील की कि तुसी निरंकार नकली निरंकारियां दे नाल बह के समझौता कर लो, तुसी गलबात करके इन्हां दे नाल समझौता कर लो। उस वेले बॉम्बे दे गुरबचन सिंह ने धड़क सन, उन्होंने कहा कहन लगे जयप्रकाश जी हर गल का हल समझौता नहीं हुंदा, अगर समझौता हो सकता हुंदा तां की रामचंद्र जी रावण नूं समझा नहीं सकते सी, की कृष्ण कंस नूं समझा नहीं सकते सी, की तुसी इंदिरा गांधी नाल बह के समझौता नहीं कर सकते सी, तुसी क्यों संपूर्ण क्रांति का नारा दिता। जे वह समझौते नहीं हो सकते तो यह बुनियादी चीज है, ये कोई समझौता नहीं हो सकता। अगर ये गल्लां सानू समझ आ जाण तां फिर यह बहुत वड्डी गल होएगी। इस तो पहले संत करतार सिंह जी खालसा भिंडरांवालिया वालों भी यह मसला चुकण तो पहले एक होर बड़ी वड्डी गल हुई कि दिल्ली ढक्का तीर जिथे इस नकली निरंकारी का डेरा है, जिहड़ा इसका हैडक्वाटर है, उस थां दे उत्ते बिल्कुल उहदे सामने एक कोई रिटायर्ड फौजी सन भाई जैमल सिंह। उन्होंने अपना सारा पैसा ला के वह प्लाट खरीदया, वह जगह खरीदी और उस जगह दे उत्ते उन्होंने गुरद्वारा बनाया और उस गुरुद्वारे का नाम रखिया गुरुद्वारा रब का कुत्ता। और वो जदों ये प्रोग्राम करते सन वो माइक लगा के स्पीकर लगा के तूतू उन्हां दे इन्हां दे डेरे वल कर देंदे सन ते नाल बोलना शुरू करते सन
कि यह रब दे चोर जे मैं रब दा कुत्ता तुहानू मैं खबरदार कर रहा। वह गुरद्वारा साहब अज भी कायम है। 1978 तो बाद वो एक इतिहासक गुरद्वारा बन चुका है। वह सिंघां दे वह काम दे विच है, उसकी बहुत वड्डी महत्ता है। एक गल होर, इन्हां दा लिटरेचर वह भी पढ़न वाला हुंदा है, काफ़ी कुछ हुंदा है। जदों गुरबचन सिंह नूं सोध दिता गया तां पुलिस पार्टी इन्होंने खुद लिखिया, कहिंदे कि सिख इतने माड़े हन, इतने बदमाश हन, कहिंदे कि पुलिस पार्टी ये नरकधारियां दी अपनी मैगजीन दे विच लिखिया कि ये पुलिस पार्टी गई पीलीभीत दे विच कि पता करे कि किसने गुरबचन सिंह नूं मारिया है। वह कहन लगे कि जदों पुलिस पहुंची तो उन्होंने स्थानक सिंघां नूं पुछिया कि तुसी कुछ दस सकते हो, तो यह लिखते हैं कि वह सिंह कहन लगे कि सानू उहदा तां नहीं पता कि किसने कीता है, पर एक गल है तुसी साडा नाम लिख लो, असी ना नहीं करांगे, सानू लै चलो, सानू कोई दिक्कत नहीं है। ये है जज्बा किसी धार्मिक कार्य लई, ये जिहड़ी चीज़ हैगी है ये बहुत वड्डी चीज़ है। जिवें शुरू च बेनती की है कि ये एक सिमटम सी, एक फोड़ा सी, एक फिंसी है, एक कारण नहीं है, एक कारण नहीं है। इन्हां दे खत्म हो जाण नाल जिहड़ी बीमारी है उस दे बारे असी गल नहीं कर रहे, उस दे बारे असी गल नहीं कीती। बीमारी है गुरु डम दी, बीमारी है ये नकली गुरु पैदा कित्थों हुंदे हन। पंजाब दी धरती कितनी उपजाऊ है कि इहदे चों किस तरह एक किवें अंडज जेरज सेतज किहड़ी है, ये नसल जिहड़ी है घटदी नहीं वधदी जांदी है। यह विचार करन वाली गल है। वह यही है कि जदों किसे केवल भेखधारी नूं जदों उसकी औकात तो वध सत्कार दिता जाए, उसके मन के अंदर भुलेखा पैंदा है और वधदा वधदा उसका वधदा वधदा जिहड़ा हैगा वह इस लैवल तक पहुँच जाता है। ये ये जिहड़ा गुरु डम है, कदी इन्हां सारयां दा दुश्मन जो है वह केवल एक है, साहिब श्री गुरु ग्रंथ साहिब। और जदों तो साहिब श्री गुरु ग्रंथ साहिब जी की स्थापना हुई है उस दिन तो यह सिलसिला चलिया, पर 1947 तो बाद यह सिलसिला बहुत ही ज़्यादा तेज हो गया है। इस दे विच विचारन वाली गल यह है कि हुण जिवें एक लिया जाए जिहड़ियां वख-वख संस्थावां हन, जिक्र करना जरूरी है कि यह जिहड़े बंदे सन जिहड़े भी डेरे वाले उठते हैं या अपने आप को गुरु डम वाले उठते हैं, वह कहते हैं कि गुरु ग्रंथ साहिब जिहड़ा असी गुरु हाँ, अपने आप को तो गुरु कहवाते हैं, पर एक संस्था जिहड़ी नामधारी संस्था है वह तो यह कहती है कि गुरु ग्रंथ साहिब तुहाडा गुरु नहीं है, सिखां दा गुरु गुरु ग्रंथ साहिब नहीं है। इस सारी गल नूं अगर ओपनली चैलेंज किया, अगर खुलेआम किसी ने चैलेंज किया, किसी ने उस बिफरे हुए बल्द नूं सिंघां तों फड़िया, तां वह केवल टकसाल ने फड़िया और केवल संत जरनैल सिंह जी खालसा उन्होंने इस नूं सीधे हत्थी लै के इस गुरु डम दे उत्ते कोई समझौता नहीं किया, कोई दुविधा नहीं रखी, कोई गोलमोल गल नहीं की। एक गल होर जरूरी है, जदों भी यह गुरु डम पनपेगा, जदों भी यह गुरु डम फैलेगा, जे गुरबचना नरकधारी अगर वह वध्या फुलिया उसनु डिप्लोमैटिक पासपोर्ट इशू हुंदा सी, सरकार वल्लों उसनु मानता दित्ती जांदी सी, जदों विदेशी दौरे दे उत्ते जांदा सी तां उसनु सरकार वल्लों एक स्पैशल चिट्ठियां जांदियां सन, बाहर साडियां एम्बैसीज जिहड़ियां हन वह उसनु करदियां सन, उहदी आवा उहदी आव भगत करदियां सन। और यह जिहड़ा है यह जिहड़े गुरु डम है या यह जिहड़ियां चीज़ां हन बगैर सरकारी सरपरस्ती दे नहीं चल सकदियां, यह वक्री गल है। सरकार भावें जिहड़ी मर्जी होए, भावें विरोधियों की होए, भावें नास्तकों की होए,
ਭਾਵੇਂ ਆਪਣਿਆਂ ਦੀ ਹੋਏ, ਇਹ ਬੰਦੇ ਜਿਹੜੇ ਹਨ ਉਹਨਾਂ ਦੇ ਉੱਤੇ ਹੱਥ ਪਾ ਲੈਂਦੇ ਹਨ ਔਰ ਉਹਨਾਂ ਦੀ ਸਰਪ੍ਰਸਤੀ ਹਾਸਲ ਕਰ ਲੈਂਦੇ ਹਨ। ਇਸ ਗੱਲ ਨੂੰ ਜ਼ਰੂਰ ਵਿਚਾਰਨ ਵਾਲੀ ਗੱਲ ਹੈ। ਬਾਕੀ ਚਿੰਤਾ ਵਾਲੀ ਗੱਲ ਇਸ ਕਰਕੇ ਨਹੀਂ ਹੈ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹਨ, ਦੇਵ ਵੀਰ ਵਿਸਾਰ ਕੇ ਪਰਮੇਸ਼ਰ ਆਪ ਕਹਾਏਗੇ, ਅੰਤ ਬੂਬਰ ਪਾਨ ਜੋ ਮਤ ਆਪ ਹੀ ਮਿਟ ਜਾਏਗੇ। ਇਹਨਾਂ ਨੂੰ ਕੋਈ ਚੱਲ ਨਹੀਂ ਸਕਦੇ, ਇਹ ਵਕਤੀ ਹੁੰਦੇ ਹਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਦੀਆਂ ਉਹ ਦੋ ਸਾਖੀਆਂ ਜਿਹੜੀਆਂ ਤੁਹਾਡੇ ਇੱਥੇ ਨੇੜੇ ਹੀ ਪਿੰਡ 'ਚ ਹੈ ਕਿ ਜਿਹੜੇ ਅਜਗਰ ਦੀ ਸਾਖੀ ਹੈ ਕਿ ਇੱਕ ਅਜਗਰ ਜਿਹੜਾ ਤੜਫ ਰਿਹਾ ਸੀ, ਜਿਸ ਨੂੰ ਕੀੜੇ ਪਏ ਸਨ, ਜਿਹੜਾ ਲਹੂ ਲੁਹਾਨ ਸੀ, ਜਦੋਂ ਗੁਰ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਇਆ ਤਾਂ ਸੱਚੇ ਪਾਤਸ਼ਾਹ ਨੇ ਆਪਣੇ ਤੀਰ ਦੇ ਨਾਲ ਉਸਦਾ ਉਦਾਰ ਕੀਤਾ। ਸੰਗਤਾਂ ਨੇ ਪੁੱਛਿਆ ਕਿ ਕੀ ਅੱਜ ਤੁਸੀਂ ਇਸਦਾ ਸ਼ਿਕਾਰ ਕੀਤਾ ਹੈ, ਤਾਂ ਹਜ਼ੂਰ ਨੇ ਕਿਹਾ, ਜੋ ਦੱਸਿਆ ਉਹਨਾਂ ਨੇ ਕਿਹਾ, ਸ੍ਰੀ ਗੁਰ ਹਰਗੋਬਿੰਦ ਸੋਂ ਇਹ ਗਾਥ ਉਚਾਰੀ, ਪੂਰਵ ਜਨਮ ਮਹੰਤ ਇਹ ਵਿਦਿਓ ਜਗ ਭਾਰੀ, ਹੰਕਾਰਤ ਹੀ ਮਰ ਗਇਓ ਜੂਨੀ ਐ ਪਾਈ, ਲੋਕ ਪਰ ਲੋਕ ਸੁਖ ਦੇ ਰੱਖੇ ਸੋ ਕਿਰਮ ਸਮਦਾਈ, ਕਾਟ ਕਾਟ ਗਨਖਾਤ ਹੈ ਨੈ ਇਹਨੇ ਉਧਾਰ, ਪਲਟਾ ਪੂਰਵ ਜਨਮ ਕੋ ਲੇਤੇ ਇਸ ਬਾਰ। ਸੋ ਜਿਹੜਾ ਵੀ ਇਸ ਤਰ੍ਹਾਂ ਦਾ ਭੇਖੀ ਹੋਏਗਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਣੇ ਆਪ ਨੂੰ ਸਿੱਖਾਂ ਦੇ ਸਿਰ ਨਵਾਏਗਾ, ਉਸਦਾ ਇਹ ਹਾਲ ਇਹ ਨਿਸ਼ਚਿਤ ਹੈ, ਇਹ ਗੁਰੂ ਦਾ ਬਚਨ ਹੈ। ਸੋ ਅਖੀਰ ਦੇ ਵਿੱਚ ਇੱਕ ਗੱਲ ਬਹੁਤ ਜ਼ਰੂਰੀ ਕਹਿਣੀ ਹੈ ਕਿ ਅਕਾਲ ਤਖਤ ਸਾਹਿਬ ਦਾ ਤਿੰਨ ਹੁਕਮਨਾਮੇ ਹਨ, ਤਿੰਨ ਹੁਕਮਨਾਮੇ ਅਕਾਲ ਤਖਤ ਸਾਹਿਬ ਦੇ ਹਨ, ਔਰ ਦਮਦਮੀ ਟਕਸਾਲ ਦੀ ਵੀ ਜ਼ਿੰਮੇਵਾਰੀ ਹੈ। ਸੰਤ ਜਰਨੈਲ ਸਿੰਘ ਜੀ ਦੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ ਸੀ, ਕਿਧਰੇ ਇਹ ਤਾਂ ਨਹੀਂ ਉਹਨਾਂ ਨੂੰ ਭੁਲੇਖਾ ਨਾ ਹੋ ਜਾਏ ਕਿ ਹੁਣ ਸ਼ਾਇਦ ਕੋਈ ਪੁੱਛਣ ਵਾਲਾ ਨਹੀਂ। ਉਹ ਹੁਕਮਨਾਮੇ ਹਨ ਕਿ ਕੋਈ ਵੀ ਸਿੱਖ, ਕਿਸੇ ਰਾਜਨੀਤਿਕ ਪਾਰਟੀ ਦਾ ਬੰਦਾ ਕਿਸੇ ਐਸੇ ਸਥਾਨ ਤੇ ਨਾ ਜਾਏ ਜਿੱਥੇ, ਜਿਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋਏ ਜਾਂ ਕਿਸੇ ਵਿਅਕਤੀ ਨੂੰ ਗੁਰੂ ਕਰਕੇ ਮੰਨਿਆ ਜਾਂਦਾ ਹੋਏ। ਇਹ ਅਕਾਲ ਤਖਤ ਸਾਹਿਬ ਦੇ ਤਿੰਨ ਹੁਕਮਨਾਮੇ ਜਿਹੜੇ ਹਨ ਜਾਰੀ ਹੋਏ ਹਨ, ਇਹਨਾਂ ਤੇ ਲਾਗੂ ਕਰਨਾ ਇਹ ਕੰਮ ਹੈ, ਇਹ ਫਰਜ਼ ਹੈ। ਅਖੀਰ ਦੇ ਵਿੱਚ ਘੱਲੂਘਾਰਿਆਂ ਵੇਲੇ, ਅਬਦਾਲੀ ਵੇਲੇ ਪੰਥ ਪ੍ਰਕਾਸ਼ ਜ਼ਿਕਰ ਆਉਂਦਾ ਹੈ ਕਿ ਜਦੋਂ ਮੁਗਲਾਂ ਦਾ ਇੱਕ ਹਾਥੀ ਵਧਿਆ ਤਾਂ ਦੋ ਸਿੰਘ ਸਨ ਤੇ ਉਹ ਇੱਕ ਡਰ ਗਿਆ, ਥੋੜਾ ਜਿਹਾ ਝੁੱਕ ਗਿਆ ਕਿ ਉਧਰੋਂ ਹਾਥੀ ਆ ਰਿਹਾ, ਤਾਂ ਦੂਸਰੇ ਸਾਥੀ ਨੇ ਕਿਹਾ ਸੀ, ਕਹਿਣ ਲੱਗਾ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਦੋ ਦੋ ਮੱਝਾਂ ਦੇ ਉੱਤੋਂ, ਇਕੱਠੇ ਮੱਝਾਂ ਦੇ ਉੱਤੋਂ ਟੱਪ ਜਾਈਦਾ ਸੀ, ਤੂੰ ਇਹ ਮੁਗਲਾਂ ਦੇ ਕੱਟੇ ਕੋਲੋਂ ਡਰੀ ਜਾਂਦਾ, ਹੁਣ ਤੇਰੀ ਇਹ ਹਾਲਤ ਹੋ ਗਈ ਹੈ। ਸੋ ਗੱਲ ਇਹ ਹੈ ਕਿ ਹੁਣ ਕੇਵਲ ਅਸੀਂ ਸੈਮੀਨਾਰ ਕਰਨੇ ਹਨ, ਭਾਸ਼ਣ ਦੇਣੇ ਹਨ, ਸੁਣਨੇ ਹਨ, ਵਾਹ ਵਾਹ ਕਰਨੀ ਹੈ, ਜਾਂ ਗੁਰੂ ਡੰਮ ਦੇ ਕੱਟੇ ਦੇ ਉੱਤੋਂ ਦੀ ਟੱਪਣਾ ਹੈ, ਇੰਨਾ ਫਰਜ਼ ਹੈ। ਅਖੀਰ ਦੇ ਵਿੱਚ ਇੱਕ ਲਫ਼ਜ਼ ਜਿਹੜੇ ਪੰਥਕ ਕਵੀ ਦੇ ਕਹੇ ਹਨ, ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਕਿ ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ, ਜੋ ਬੋਲੇ ਸੋ ਹੋਵੇ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਂਬਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਦਾਸ ਬੇਨਤੀ ਕਰੇ, ਇੱਥੇ ਪਹੁੰਚੇ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲੇ, ਉਹਨਾਂ ਵੱਲੋਂ ਬਾਬਾ ਚਮਕੌਰ ਸਿੰਘ ਜੀ, ਨਾਲ ਉਹਨਾਂ ਦੇ ਭਾਈ ਸੁਖਜੀਵਨ ਸਿੰਘ ਜੀ, ਇਸੇ ਤਰ੍ਹਾਂ ਭਾਈ ਗੁਰਦੀਪ ਸਿੰਘ ਜੀ, ਬਾਬਾ ਹਰਵਿੰਦਰ ਸਿੰਘ ਜੀ, ਸੰਤ ਬਾਬਾ ਹਰਵਿੰਦਰ ਸਿੰਘ ਜੀ ਰੌਲੀ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਗਿਆਨੀ ਮਲਕੀਤ ਸਿੰਘ ਜੀ ਦੀਨੇ ਕਾਂਗੜ ਤੋਂ, ਸਰਦਾਰ ਰਜਿੰਦਰ ਸਿੰਘ ਜੀ ਮਰਵਾਹ, ਪ੍ਰਧਾਨ ਵਪਾਰ ਮੰਡਲ ਮਾਝਾ ਜੋਨ, ਸੀਨੀਅਰ ਪੱਤਰਕਾਰ ਸਰਦਾਰ ਇਕਬਾਲ ਸਿੰਘ ਜੀ ਹੀਰੋ ਕਿਸ਼ਨਪੁਰ ਤੋਂ, ਇਹ ਜਿੰਨਾ ਸਮਾਗਮ ਹੋ ਰਿਹਾ ਹੈ ਗਲੋਬਲ ਟੀਵੀ ਉੱਪਰ ਲਾਈਵ ਚੱਲ ਰਿਹਾ ਹੈ, ਨਾਲ ਦੀ ਨਾਲ ਯੂਟਿਊਬ ਉੱਤੇ ਜੋ ਦਮਦਮੀ ਟਕਸਾਲ ਦਾ ਪੇਜ ਹੈ, ਦਮਦਮੀ ਟਕਸਾਲ ਟੀਵੀ, ਉਸ ਉੱਪਰ ਇਹ ਸਾਰਾ ਹੀ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ। ਬਹੁਤੇ ਸਿੰਘਾਂ ਦੀ ਇਹ ਸ਼ਿਕਾਇਤ ਵੀ ਹੈ ਕਿ ਬਾਬਾ ਜੀ ਦੀ ਕਥਾ ਜਾਂ ਮਹਾਂਪੁਰਖਾਂ ਦੀ, ਵੱਡਿਆਂ ਦੀ ਕਥਾ
दमदमी टकसाल के प्रोग्राम सानू नैट तो मिलते नहीं।